ਕੈਨੇਡਾ ਦਾ ਨਕਲੀ ਵੀਜ਼ਾ ਲੱਗਿਆ ਇਸ ਮੁੰਡੇ ਦੇ ਪਾਸਪੋਰਟ ਦੇ ਉੱਪਰ ਦਿੱਲੀ 에ਰਪੋਰਟ ਦੇ ਉੱਪਰ ਇਸ ਨੂੰ ਰੋਕ ਲਿਆ ਗਿਆ ਤਾਂ ਇਸ ਟਾਈਮ ਇਹ ਤਿਹਾਰ ਜੇਲ ਦੇ ਵਿੱਚ ਆ ਨਕਲੀ ਵੀਜ਼ਾ ਇਸ ਨੇ ਨਹੀਂ ਲਗਵਾਇਆ ਇਸ ਨੇ ਤਾਂ ਅਸਲੀ ਵੀਜ਼ਾ ਹੀ ਲਗਵਾਇਆ ਸੀ ਜੀਐਮਐਸ ਦੇ ਏਜੰਟ ਨੇ ਇਸ ਮੁੰਡੇ ਦੇ ਨਾਲ ਕੀਤੀ ਆ 19 ਸਾਲ ਇਸ ਦੀ ਹਜੇ ਉਮਰ ਆ ਗਰੀ ਪਰਿਵਾਰ ਚੋਂ ਬਿਲੋਂਗ ਕਰਦਾ ਆ 20 ਲੱਖ ਰੁਪਈਆ ਵੀਜ਼ੇ ਦਾ ਏਜੰਟ ਨੂੰ ਦਿੱਤਾ ਸੀ ਆਪਣੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਏਜੰਟ ਨੇ ਨਕਲੀ ਸਟicker ਵੀਜ਼ਾ ਕੈਨੇਡਾ ਦਾ ਚਪਕਾ ਕੇ ਇਸ ਦੇ ਪਾਸਪੋਰਟ ਦੇ ਉੱਪਰ ਦੇ ਦਿੱਤਾ ਤੇ ਜਿਹੜਾ ਕੇਸ ਆ ਉਹ ਮੁੰਡੇ ਤੇ ਪਿਆ ਉਲਟੇ ਪੈਸੇ ਵੀ ਜਾਂਦੇ ਲੱਗੇ ਤੇ ਹੁਣ ਪਰਿਵਾਰ ਕੁਝ ਨਹੀਂ ਕਰ ਸਕਦਾ ਇਹ ਠੱਗੀ ਤੁਹਾਡੇ ਨਾਲ ਨਾ ਹੋਵੇ ਇਹ ਜਿਹੜੀ ਖਬਰ ਹੈ ਮੇਰੇ ਨਾਲ ਆ ਮਹਾਲੀ ਦੇ ਵਿੱਚ ਇੱਕ ਵੀਰ ਦਾ ਆਫਿਸ ਹੈ ਇਮੀਗ੍ਰੇਸ਼ਨ ਦਾ ਉਹਨਾਂ ਨੇ ਇਹ ਜਾਣਕਾਰੀ ਮੇਰੇ ਨਾਲ ਸਾਂਝੀ ਕੀਤੀ ਕਿ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜਾ ਫਰੋਡ ਆ ਉਹ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਫਰਜੀ ਏਜੰਟ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ ਬਹੁਤ ਸਾਰੇ ਘਰ ਤੋਂ ਕੰਮ ਕਰਦੇ ਨੇ ਫਾਈਲਾਂ ਤਿਆਰ ਕਰਦੇ ਨੇ ਉਹਨਾਂ ਨੂੰ ਜਾਣਕਾਰੀ ਬਹੁਤ ਥੋੜੀ ਹੁੰਦੀ ਆ ਤੇ ਉਹੋ ਜਿਹੜਾ ਕਿ ਨਕਲੀ ਸਟicker ਚਪਕਾ ਚਪਕਾ ਕੇ ਲੋਕਾਂ ਤੋਂ ਕਿਸੇ ਤੋਂ 5 ਲੱਖ ਲੈ ਲੈ ਕਿਸੇ ਤੋਂ 10 ਲੈ ਲੈ ਕਿਸੇ ਤੋਂ 15 ਕਿਸੇ ਤੋਂ ਵੀ ਲੱਗੀ ਫੱਬੀ ਉਹ ਆਪਣੀ ਜਿਹੜੀ ਆ ਲਗਾ ਰਹੇ ਨੇ ਹੁਣ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਜੇਕਰ ਤੁਹਾਡਾ ਵੀਜ਼ਾ ਕੈਨੇਡਾ ਦਾ ਲੱਗ ਜਾਂਦਾ ਹੈ ਤੁਹਾਨੂੰ ਏਜੰਟ ਕਹਿੰਦਾ ਕਿ ਤੂੰ ਪਹੁੰਚ ਕੇ ਪੈਸੇ ਦੇ ਦੇ ਤੈਰੀ ਟਿਕਟ ਵੀ ਮੈਂ ਲਾ ਦੰਨਾ ਆ ਪਹਿਲਾਂ 1 ਰੁਪਈਆ ਨਹੀਂ ਹੈਗਾ ਤੁਸੀਂ ਇੱਕ ਆਈਡੀ ਹੁੰਦੀ ਹੈ ਜਿਹੜੀ ਕੈਨੇਡਾ ਦਾ ਜਦੋਂ ਵੀਜ਼ਾ ਅਪਲਾਈ ਹੁੰਦਾ ਹੈ ਜੀਸੀ ਕੀ ਉਹ ਜਿਹੜੀ ਆਈਡੀ ਪਾਸਵਰਡ ਤੁਸੀਂ ਆਪਣੇ ਏਜੰਟ ਤੋਂ ਲੈਣਾ ਹੈ ਕਿਸੇ ਹੋਰ ਜਾਣਕਾਰ ਬੰਦੇ ਤੋਂ ਉਹ ਆਈਡੀ ਪਾਸਵਰਡ ਲਾ ਕੇ ਖੁਲਾ ਕੇ ਉਸ ਆਈਡੀ ਦੇ ਵਿੱਚ ਸਾਰਾ ਤੁਹਾਡਾ ਰਿਕਾਰਡ ਹੋਣਾ ਆ ਵੀਜ਼ੇ ਦਾ ਸਟੇਟਸ ਹੋਣਾ ਆ ਕਿ ਤੁਹਾਡਾ ਵੀਜ਼ਾ ਵਾਕਈ ਲੱਗਿਆ ਆ ਜੇਕਰ ਤੁਹਾਡੀ ਰਿਫਿਊਜ਼ਲ ਆਈ ਆ ਤਾਂ ਵੀ ਉਹਦੇ ਵਿੱਚ ਹੀ ਸਾਰਾ ਕੁਝ ਆਉਂਦਾ ਆ ਉਹ ਜੋ ਤੁਹਾਨੂੰ ਸਾਰਾ ਤੁਹਾਡਾ ਡਾਟਾ ਮਿਲ ਜੂਗਾ ਕਿਹੜੇ ਕਿਹੜੇ ਡਾਕੂਮੈਂਟ ਲੱਗੇ ਸੀਗੇ ਤੁਹਾਡਾ ਵੀਜ਼ਾ ਲੱਗਿਆ ਆ ਜਾਂ ਨਹੀਂ ਲੱਗਿਆ ਉੱਥੋਂ ਤੁਸੀਂ ਤੈਅ ਕਰ ਸਕਦੇ ਹੋ ਵੀ ਤੁਹਾਡਾ ਵੀਜ਼ਾ ਅਸਲੀ ਆ ਜਾਂ ਨਕਲੀ ਆ ਫਿਰ ਤੁਸੀਂ ਬੇਪਰਵਾਹ ਹੋ ਕੇ ਆਪਣਾ ਜਾ ਸਕਦੇ ਹੋ ਤੇ ਠੱਗਾਂ ਤੋਂ ਬਚੋ ਕਿਸੇ ਨਾਮੀ ਜਾਂ ਕਿਸੇ ਜਾਣਕਾਰ ਕਿਸੇ ਆਫਿਸ ਵਾਲੇ ਤੋਂ ਹੀ ਵੀਜ਼ਾ ਲਗਵਾਓ ਐਵੇਂ ਕਿਸੇ ਉਸ ਤੋਂ ਨਾ ਲਗਵਾ ਲਓ ਜਿਹੜਾ ਘਰੋਂ ਹੀ ਕੰਮ ਕਰਦਾ ਪਿਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਪੰਜਾਬੀਓ ਵੱਧ ਤੋਂ ਵੱਧ ਕਿਸੇ ਮੇਰੇ ਵੀਰ ਦੇ ਨਾਲ ਠੱਗੀ ਤੋਂ ਖਨਾ ਹੋਵੇ ਬਹੁਤ ਬਹੁਤ ਸ਼ੁਕਰੀਆ